12 ਦਸੰਬਰ ਨੂੰ ਵਿਆਹ ਹੋਇਆ ਕਪਿਲ ਅਤੇ ਗਿੰਨੀ ਦਾ, ਔਰ ਉਸ ਤੋਂ ਬਾਅਦ ਕਪਿਲ ਸ਼ਰਮਾ ਅਤੇ ਗਿੰਨੀ ਸ਼ਰਮਾ ਦੀ ਹੋਈ ਹੈ ਰਿਸੈਪਸ਼ਨ ਪਾਰਟੀ ਕਪਿਲ ਦੇ ਹੀ ਆਪਣੇ ਸ਼ਹਿਰ ਅੰਮ੍ਰਿਤਸਰ ਦੇ ਰੈਡੀਸਨ ਬਲੂ ਹੋਟਲ ਦੇ ਵਿੱਚ, ਜਿੱਥੇ ਪਹੁੰਚੇ ਸਨ ਬੱਬੂ ਮਾਨ, ਸਤਿੰਦਰ ਸਰਤਾਜ, ਦਲੇਰ ਮਹਿੰਦੀ, ਸੁਨੰਦਾ ਸ਼ਰਮਾ, ਗੁਰਲੇਜ ਅਖਤਰ, ਔਰ ਜੇਕਰ ਗੱਲ ਕਰੀਏ ਸਿਆਸੀ ਆਗੂਆਂ ਦੀ ਤਾਂ ਭਗਵੰਤ ਮਾਨ ਵਰਗੀਆਂ ਵੱਡੀਆਂ ਹਸਤੀਆਂ। ਸੋ ਦੇਖੋ ਕਪਿਲ ਸ਼ਰਮਾ ਅਤੇ ਗਿੰਨੀ ਸ਼ਰਮਾ ਦੀ ਰਿਸੈਪਸ਼ਨ ਪਾਰਟੀ ਦੀ ਇਨਸਾਈਡ ਵੀਡੀਓਜ਼ ਓਨਲੀ ਔਨ ਦੈਨਿਕ ਸਵੇਰਾ ਟੀਵੀ। Thank you.